ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੀਲ ਯੂ ਐਸ ਟੀਵੀ ਮੈਂ ਬਰਨ ਕੋਰਮਾਨ ਖਬਰਾਂ ਦੀ ਬ੍ਰੇਕਿੰਗ ਦੇ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬ੍ਰੇਕਿੰਗ ਦੇ ਸਪான்ਸਰ ਰੇਲਟਰ ਗੁਰਜਤਿੰਦਰ ਸਿੰਘ ਰੰਦਾਵਾ ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵਿੱਚ ਜਾ ਸਕਦੀ ਹੈ ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਨਹੀਂ ਪਹਿਲਾਂ ਚੁਣਦੇ ਆ ਖਬਰਾਂ ਅਮਰੀਕਾ ਚ ਦਾਖਲ ਹੋਣ ਦੇ ਲਈ ਪ੍ਰਵਾਸੀਆਂ ਦੀ ਭੀੜ ਤਿੰਨ ਦੇਸ਼ਾਂ ਨੇ ਭਾਰਤ ਦੀਆਂ ਲਗਭਗ 50% ਸ਼ੈਂਗਨ ਵੀਜ਼ਾ ਬੇਨਤੀਆਂ ਨੂੰ ਕੀਤਾ ਖਾਰਜ ਅਮਰੀਕਾ ਦੇ ਯੂਮਾ ਸ਼ਹਿਰ ਵਿੱਚ ਗੋਲੀਬਾਰੀ ਦੋ ਮੌਤਾਂ ਤੇ ਪੰਜ ਜ਼ਖਮੀ ਅਮਰੀਕਾ ਦੇ ਨਿਊ ਮੈਕਸੀਕੋ ਦੇ ਵਿੱਚ ਗੋਲੀਬਾਰੀ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਮੁਕਾਬਲੇ 'ਚ ਹਮਲਾਵਾਰ ਵੀ ਟੀਰ ਚਾਈਨਾ ਨੇ 78 ਸਾਲਾ ਅਮਰੀਕੀ ਵਿਅਕਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਲਈ 38000 ਸ਼ਰਧਾਲੂਆਂ ਨੇ ਕਰਵਾਈ ਰਜਿਸਟ੍ਰੇਸ਼ਨ ਪਲਕੇ ਹੋਵੇਗਾ ਪਹਿਲਾ ਜਥਾ ਰਵਾਨਾ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਲੰਬੇ ਸਮੇਂ ਤੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਚ ਏਸ਼ੀਆ ਅਤੇ ਦੱਖਣੀ ਅਮਰੀਕਾ ਦੇ ਦਰਜਨਾਂ ਦੇਸ਼ਾਂ ਦੇ ਲੋਕ ਸ਼ਾਮਲ ਨੇ ਖਾਸ ਤੌਰ ਤੇ ਪੇਰੂ ਵੈਨਜ਼ੁਏਲਾ ਹੈਤੀ ਤੇ ਰੂਸ ਦੇ ਨਾਗਰਿਕ ਵੱਡੀ ਗਿਣਤੀ ਚ ਨੇ 2011 ਜਦੋਂ ਜਿੱਥੇ ਅਜੇ 85% ਲੋਕ ਮੈਕਸੀਕੋ ਦੇ ਸਨ ਹੁਣ ਉਹ ਇੱਕ ਤਿਹਾਈ ਤੋਂ ਵੀ ਘਟ ਨੇ ਦੱਸਦੀ ਹੈ ਕਿ 11 ਮਈ 2023 ਨੂੰ ਟਾਈਟਲ 42 ਜੋ ਅਮਰੀਕਾ 'ਚ ਕੋਰੋਨਾ ਦੌਰਾਨ ਪ੍ਰਵਾਸੀਆਂ ਦੇ ਦਾਖਲੇ ਤੇ ਪਾਬੰਦੀ ਲਗਾਉਂਦਾ ਸੀ ਦੀ ਮਿਆਦ ਖਤਮ ਹੋਈ ਉਦੋਂ ਤੋਂ ਹੀ ਅਮਰੀਕਾ ਮੈਕਸੀਕੋ ਸਰਹੱਦ ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ ਰਿਪੋਰਟ ਦੇ ਮੁਤਾਬਕ ਟਾਈਟਲ 42 ਦੀ ਸਮਾਪਤੀ ਦੇ باوجود ਸਰਹੱਦਾਂ ਨੂੰ ਬੰਦ ਰੱਖਿਆ ਗਿਆ ਹੈ ਸ਼ਰਨਾਰਥੀ ਕੈਂਪਾਂ ਦੇ ਵਿੱਚ ਪ੍ਰਵਾਸੀਆਂ ਦੀ ਭੀੜ ਇਕੱਠੀ ਹੋ ਗਈ ਹੈ ਬੀਬੀਸੀ ਦੀ ਇੱਕ ਰਿਪੋਰਟ ਦੇ ਮੁਤਾਬਕ ਟਾਈਟਲ 42 ਦੇ ਖਤਮ ਹੋਣ ਤੋਂ ਬਾਅਦ 2000 ਮੀਲ ਯੂਐਸ ਮੈਕਸੀਕੋ ਸਰਹੱਦ ਤੇ ਪਹਿਲਾਂ ਹੀ ਅੰਨੀ ਦੌੜ ਸ਼ੁਰੂ ਕਰ ਦਿੱਤੀ ਹੈ ਹਰ ਰੋਜ਼ ਲਗਭਗ 10000 ਲੋਕ ਸਰਹੱਦ ਪਾਰ ਕਰ ਰਹੇ ਨੇ ਟਾਈਟਲ 42 ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ 2020 ਦੇ ਵਿੱਚ ਲਾਗੂ ਕੀਤਾ ਗਿਆ ਸੀ ਇਸ ਤਹਿਤ ਅਮਰੀਕੀ ਸਰਕਾਰ ਨੇ ਉੱਥੇ ਰਹਿ ਰਹੇ ਕਈ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜ ਦਿੱਤਾ ਸੀ ਹਾਲਾਂਕਿ ਵਾਪਸ ਭੇਜੇ ਗਏ ਲੋਕਾਂ ਦੀ ਗਿਣਤੀ ਬਾਰੇ ਕੋਈ ਸਪਸ਼ਟ ਅੰਕੜਾ ਨਹੀਂ ਹੈ ਇਸ ਨੂੰ ਤਤਕਾਲੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਾਗੂ ਕੀਤਾ ਸੀ ਜਿਸ ਦੀ ਸਮਾਂ ਸੀਮਾ 11 ਮਈ 2023 ਨੂੰ ਖਤਮ ਹੋ ਗਈ ਹੁਣ ਅਮਰੀਕਾ ਤੋਂ ਟਾਈਟਲ 42 ਦੀ ਸਮਾਂ ਸੀਮਾ ਖਤਮ ਹੋਣ ਦੇ ਨਾਲ ਪ੍ਰਵਾਸੀਆਂ 'ਚ ਨਵੀਂ ਉਮੀਦ ਦੀ ਕਿਰਨ ਜਾਗੀ ਹੈ ਦੂਜੇ ਪਾਸੇ ਮੈਕਸੀਕੋ ਤੋਂ ਹਜ਼ਾਰਾਂ ਅਤੇ ਲੱਖਾਂ ਪ੍ਰਵਾਸੀ ਬਿਹਤਰ ਜ਼ਿੰਦਗੀ ਦੇ ਲਈ ਅਮਰੀਕਾ ਵਿੱਚ ਬਸਣ ਦੇ ਲਈ ਬੇਤਾਬ ਨੇ ਅਤੇ ਉਹ ਇਸ ਦੇ ਵੱਲ ਭੱਜ ਰਹੇ ਨੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਬਹੁਤ ਸਾਰੇ ਪ੍ਰਵਾਸੀ ਰਿਓ ਗ੍ਰਾਂਡੇ ਨਦੀ ਨੂੰ ਪਾਰ ਕਰਨ ਦੇ ਲਈ ਸੰਘਰਸ਼ ਕਰ ਰਹੇ ਨੇ ਪ੍ਰਵਾਸੀ ਬੱਚਿਆਂ ਨੂੰ ਸਿਰਾਂ ਤੇ ਚੁੱਕ ਕੇ ਅਤੇ ਸਮਾਨ ਚੁੱਕ ਕੇ ਅੱਗੇ ਵਧ ਰਹੇ ਨੇ ਕੁਝ ਤਾਂ ਕੰਡਿਆਲੀ ਤਾਰ ਪਾਰ ਕਰਕੇ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਨਾਲ ਹੀ ਸਰਕਾਰ ਨੂੰ ਡਰ ਹੈ ਕਿ ਰੋਜ਼ਾਨਾ 13 ਹਜ਼ਾਰਾਂ ਲੋਕ ਸਰਹੱਦ ਪਾਰ ਕਰਨਗੇ ਇਸ ਲਈ ਅਮਰੀਕਾ ਨੇ ਟਾਈਟਲ 42 ਦੀ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਹੀ ਸਰਹੱਦ ਤੇ 15000 ਸੈਨਿਕ ਤਾਇਨਾਤ ਕਰ ਦਿੱਤੇ ਨੇ ਅਮਰੀਕਾ ਦੇ ਵਿੱਚ ਸ਼ਰਨਾਰਥੀਆਂ ਦੀ ਸਮੱਸਿਆ ਕੇਵਲ ਗੁਆਂਢੀ ਮੁਲਕਾਂ ਦੀ ਨਹੀਂ ਹੈ ਸਗੋਂ ਭਾਰਤ ਵਰਗੇ ਦੂਰ ਦਰਾਡੇ ਮੁਲਕਾਂ ਤੋਂ ਵੀ ਨੇ ਮਾਰਚ 2023 ਚ ਅਮਰੀਕਾ ਦੀ ਸਰਹੱਦ ਤੇ ਪਹੁੰਚਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਚੋਂ 2/3 ਦੂਜੇ ਦੇਸ਼ਾਂ ਦੇ ਸੀ ਇੱਥੇ ਅਮਰੀਕੀ ਸਰਹੱਦ ਦੇ ਵਿੱਚ ਦਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ ਅਮਰੀਕੀ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਅੰਕੜੇ ਦੇ ਵਿੱਚ ਕਿਹਾ ਗਿਆ ਕਿ ਫਰਵਰੀ 2019 ਤੋਂ ਮਾਰਚ 2023 ਦੇ ਦਰਮਿਆਨ 1,19,000 ਭਾਰਤੀ ਗੈਰ ਕਾਨੂੰਨੀ ਤੌਰ ਤੇ ਅਮਰੀਕਾ 'ਚ ਦਾਖਲ ਹੁੰਦੇ ਫੜੇ ਗਏ। ਇਹਨਾਂ 'ਚੋਂ ਜ਼ਿਆਦਾਤਰ ਕੈਨੇਡਾ ਅਮਰੀਕਾ ਸਰਹੱਦ 'ਤੇ ਫੜੇ ਗਏ। ਹਾਲਾਂਕਿ ਗ੍ਰਿਫਤਾਰ ਕੀਤੇ ਗਏ ਕੁਝ ਲੋਕਾਂ ਦੀ ਗਿਣਤੀ ਦਾ 2% ਭਾਰਤੀ ਨੇ ਤੇ ਬਹੁਤ ਘੱਟ ਲੋਕਾਂ ਨੂੰ ਹੁਣ ਤੱਕ ਰਿਪੋਰਟ ਕੀਤਾ ਗਿਆ ਹੈ ਅਮਰੀਕਾ ਵਿੱਚ ਮਨੁੱਖੀ ਆਧਾਰ ਤੇ ਵੱਡੀ ਗਿਣਤੀ ਵਿੱਚ ਲੋਕ ਸ਼ਰਨ ਲੈ ਰਹੇ ਨੇ ਦੱਸਦੇ ਕਿ ਅਮਰੀਕਾ ਨੇ ਮਈ 2019 ਚ ਮੈਕਸੀਕੋ ਸਰਹੱਦ ਤੇ 144000 ਤੋਂ ਵੱਧ ਸ਼ਰਨਾਰਥੀਆਂ ਨੂੰ ਹਿਰਾਸਤ ਵਿੱਚ ਲਿਆ ਸੀ 2022 ਲਈ ਸ਼ੈਨਗਨ ਵੀਜ਼ਾ ਦੇ ਅੰਕੜੇ ਜ਼ਬਰਦਸਤ ਰਹੇ ਨੇ ਭਾਰਤੀ ਯਾਤਰੀਆਂ ਨੇ 2022 ਦੇ ਵਿੱਚ 6 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ ਦਾਇਰ ਕੀਤੀਆਂ ਜੋ ਵਿਸ਼ਵ ਦੇ ਵਿੱਚ ਤੀਜੀ ਸਭ ਤੋਂ ਉੱਚੀ ਦਰ ਸੀ ਪਰ ਇਸ ਨੂੰ 18% ਦੀ ਅਸਵੀਕਾਰ ਦਰ ਦਾ ਵੀ ਸਾਮਣਾ ਕਰਨਾ ਪਿਆ ਐਸਟੋਨੀਆ ਮਾਲਟਾ ਅਤੇ ਸੋਲੇ ਵੀਨੀਆਂ ਨੇ ਪਿਛਲੇ ਸਾਲ ਭਾਰਤ ਤੋਂ ਸ਼ੇਨਗਨ ਵੀਜ਼ਾ ਅਰਜ਼ੀਆਂ ਦੀ ਸਭ ਤੋਂ ਵੱਧ ਪਰਸੈਂਟੇਜ ਨੂੰ ਰੱਦ ਕਰ ਦਿੱਤਾ ਜਦੋਂ ਕਿ ਜਰਮਨੀ ਇਟਲੀ ਅਤੇ ਹੰਗਰੀ ਸਭ ਤੋਂ ਵੱਧ ਅਨੁਕੂਲ ਸਨ ਦੱਖਣ-ਪੱਛਮੀ ਐਰੀਜ਼ੋਨਾ ਯੂਮਾ ਸ਼ਹਿਰ ਦੇ ਰਿਹਾਇਸ਼ੀ ਖੇਤਰ ਵਿੱਚ ਹੋਈ ਗੋਲੀਬਾਰੀ 'ਚ 2 ਮੌਤਾਂ ਤੇ 5 ਹੋਰ ਨਾਦੇ ਜ਼ਖਮੀ ਹੋਣ ਦੀ ਖਬਰ ਮਿਲੀ ਯੂਮਾ ਪੁਲਿਸ ਦੇ ਪਾਕ ਦੇ ਅਨੁਸਾਰ ਇੱਕ ਇਕੱਠ ਉੱਪਰ ਕੀਤੀ ਗੋਲੀਬਾਰੀ ਦੇ ਪੀੜਤਾਂ ਦੇ ਵਿੱਚ 15 ਤੋਂ 20 ਸਾਲ ਦੇ ਲੋਕ ਸ਼ਾਮਲ ਨੇ ਪੁਲਿਸ ਨੇ ਇੱਕ ਬਿਆਨ ਚੁਕਾਇਆ ਹੈ ਕਿ ਰਾਤ 11 ਵਜੇ ਤੋਂ ਕੁਝ ਮਿੰਟ ਪਹਿਲਾਂ ਸੂਚਨਾ ਮਿਲਣ ਤੇ ਪੁਲਿਸ ਅਫਸਰ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕਈ ਪੀੜਤਾਂ ਨੂੰ ਜ਼ਮੀਨ ਉੱਪਰ ਡਿੱਗਿਆ ਵੇਖਿਆ ਇਹਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ ਇਹਨਾਂ ਚੋਂ 19 ਤੇ 20 ਸਾਲ ਦੇ ਦੋ ਵਿਅਕਤੀਆਂ ਨੂੰ ਯੂਮਾ ਰੀਜਨਲ ਮੈਡੀਕਲ ਸੈਂਟਰ ਵਿਖੇ ਮ੍ਰਿਤਕ ਅਖਰਾਰ ਦੇ ਦਿੱਤਾ ਗਿਆ ਚਾਰ ਜ਼ਖਮੀਆਂ ਜਿਨ੍ਹਾਂ ਦੀ ਉਮਰ 15 ਤੋਂ 19 ਸਾਲ ਤੱਕ ਹੈ ਦੀ ਹਾਲਤ ਸਥਿਰ ਹੈ ਤੇ ਉਹਨਾਂ ਦੇ ਜ਼ਖਮ ਜਾਨਲੇਵਾ ਨਹੀਂ ਹਨ ਜਦਕਿ ਇੱਕ 16 ਸਾਲਾ ਲੜਕੇ ਦੀ ਹਾਲਤ ਗੰਭੀਰ ਹੈ ਪੁਲਿਸ ਵੱਲੋਂ ਜਾਰੀ ਬਿਆਨ ਦੇ ਅਨੁਸਾਰ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਨਿਊ ਮੈਕਸਿਕੋ ਦੇ ਫਾਰਮਿੰਗਟਨ ਵਿੱਚ ਗੋਲੀਬਾਰੀ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋਈ ਤੇ ਕਈ ਹੋਰ ਜ਼ਖਮੀ ਹੋਏ ਏਪੀ ਸਮਾਚਾਰ ਏਜੰਸੀ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ ਗੋਲੀਬਾਰੀ ਵਿੱਚ ਸ਼ੱਕੀ ਦੀ ਮੌਕੇ ਤੇ ਮੌਤ ਹੋਈ ਸ਼ਹਿਰ ਦੇ ਪੁਲਿਸ ਵਿਭਾਗ ਨੇ ਇੱਕ ਫੇਸਬੁੱਕ ਪੋਸਟ ਦੇ ਵਿੱਚ ਕਿਹਾ ਕਿ ਗੋਲੀਬਾਰੀ 'ਚ ਘੱਟੋ-ਘੱਟ 3 ਲੋਕ ਮਾਰੇ ਗਏ ਤੇ ਅਧਿਕਾਰੀਆਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਮੌਕੇ ਤੇ ਮਾਰਿਆ ਪੁਲਿਸ ਵਿਭਾਗ ਦੇ ਮੁਤਾਬਕ ਗੋਲੀਬਾਰੀ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲਾਂ ਭਰਤੀ ਕਰਵਾਇਆ ਗਿਆ ਹੈ ਜਿਸ ਵਿੱਚ ਇੱਕ ਰਾਜ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ ਪੁਲਿਸ ਨੇ ਮਾਰੇ ਗਏ ਜਨ ਜ਼ਖਮੀਆਂ ਦੇ ਨਾਮ ਨਹੀਂ ਦੱਸੇ ਅਤੇ ਨਾ ਹੀ ਗੋਲੀਬਾਰੀ ਦਾ ਕਾਰਨ ਦੱਸਿਆ ਪੁਲਿਸ ਨੇ ਕਿਹਾ ਕਿ ਸ਼ੱਕੀ ਦੀ ਪਛਾਣ ਅਣਜਾਣ ਹੈ ਅਤੇ ਇਸ ਸਮੇਂ ਕੋਈ ਹੋਰ ਖਤਰਾ ਨਹੀਂ ਹੈ ਇਸ ਦੇ ਨਾਲ ਹੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸ਼ਹਿਰ ਦੇ ਸਕੂਲਾਂ ਦੇ ਬਾਹਰ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਸੈਨ ਜਵਾਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਅਧਿਕਾਰੀ ਮੇਗਨ ਨੇ ਕਿਹਾ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਫਾਰਮਿੰਗਟਨ ਸ਼ਹਿਰ ਨਿਊ ਮੈਕਸੀਕੋ ਦੇ ਉੱਤਰ ਪੱਛਮ ਦੇ ਵਿੱਚ ਸਥਿਤ ਹੈ ਜਿਸ ਦੀ ਆਬਾਦੀ ਲਗਭਗ 50 ਹਜ਼ਾਰ ਹੈ ਚਾਈਨਾ ਨੇ ਸੋਮਵਾਰ ਨੂੰ ਜਸੂਸੀ ਦੇ ਦੋਸ਼ਾਂ ਦੇ ਵਿੱਚ 78 ਸਾਲਾ ਅਮਰੀਕੀ ਬਜ਼ੁਰਗ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹਾਂਗਕਾਂਗ ਦੇ ਵਿੱਚ ਸਥਾਈ ਨਾਗਰਿਕਤਾ ਦਰਜਾ ਰੱਖਣ ਵਾਲੇ ਜੌਨ ਸਿੰਘ ਵਾਨ ਲਿਓਂਗ ਨੂੰ 15 April 2021 ਨੂੰ ਦੱਖਣ ਪੂਰਬੀ ਸ਼ਹਿਰ ਸੁਦੋ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਸ਼ਹਿਰ ਦੀ ਇੱਕ ਅਦਾਲਤ ਨੇ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ ਤੇ ਇੱਕ ਸੰਖੇਪ ਬਿਆਨ ਚ ਲੇਂਗ ਦੀ ਸਜ਼ਾ ਦਾ ਐਲਾਨ ਕੀਤਾ ਪਰ ਦੋਸ਼ਾਂ ਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ ਅਜਈਆਂ ਜਾਂਚਾਂ ਤੇ ਮੁਕਦਮੇ ਬੰਦ ਦਰਵਾਜ਼ਿਆਂ ਦੇ ਪਿੱਛੇ ਚਲਾਈਆਂ ਜਾਂਦੇ ਨੇ ਅਤੇ ਜਨਤਕ ਤੌਰ ਤੇ ਇਹਨਾਂ ਬਾਰੇ ਬਹੁਤ ਘੱਟ ਖੁਲਾਸਾ ਕੀਤਾ ਜਾਂਦਾ ਹੈ। ਪਾਪਾਰ ਟੈਕਨੋਲੋਜੀ, ਮਨੁੱਖੀ ਅਧਿਕਾਰਾਂ ਅਤੇ ਖੇਤਰੀ ਦਾਅਵਿਆਂ ਨੂੰ ਲੈ ਕੇ ਬੀਜਿੰਗ ਦੇ ਵੱਧਦੇ ਹਮਲੇ ਕਾਰਨ ਅਮਰੀਕਾ ਤੇ ਚੀਨ ਵਿਚਾਲੇ ਸਬੰਧ ਇਤਿਹਾਸਕ ਨੀਵੇਂ ਪੱਤਰ ਤੇ ਹਨ। ਸ੍ਰੀ ਹਿਮਕੁੰਡ ਸਾਹਿਬ ਦੇ ਨਾਲ ਹੀ 2 ਮਈ ਨੂੰ ਲਖਮਣ ਮੰਦਰ ਦੇ ਕਿਵਾੜ ਵੀ ਖੁੱਲਣੇ ਨੇ। ਸ਼ਰਧਾਲੂਆਂ ਦਾ ਪਹਿਲਾ ਜਥਾ 17 ਮਈ ਨੂੰ ਰਿਸ਼ੀਕੇਸ਼ ਤੋਂ ਪੰਜ ਪਿਆਰਿਆਂ ਦੀ ਅਗਵਾਈ ਚ ਰਵਾਨਾ ਕੀਤਾ ਜਾਏਗਾ ਸ੍ਰੀ ਹੇਮਕੋਟ ਸਾਹਿਬ ਦੇ ਦਰਸ਼ਨਾਂ ਦੇ ਲਈ ਹੁਣ ਤੱਕ 38000 ਤੋਂ ਵੱਧ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਮੈਨੇਜਮੈਂਟ ਟਰਸਟ ਯਾਤਰਾ ਤਿਆਰੀਆਂ ਨੂੰ ਅੰਤਮ ਰੂਪ ਦੇਣ ਦਾ ਜੁੱਟਿਆ ਹੈ ਪੈਦਲ ਰਸਤਾ ਅਤੇ ਧਾਮ ਦੇ ਵਿੱਚ ਬਰਫ਼ ਦੀ ਸਥਿਤੀ ਨੂੰ ਵੇਖਦੇ ਹੋਏ ਬੱਚਿਆਂ ਅਤੇ ਬਜ਼ੁਰਗਾਂ ਨੂੰ ਫਿਲਹਾਲ ਯਾਤਰਾ 'ਚ ਸ਼ਾਮਲ ਨਾ ਹੋਣ ਦੇ ਲਈ ਕਿਹਾ ਗਿਆ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਹੋਣਾ ਨੇ ਦੱਸਿਆ ਕਿ ਹਿਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ ਬਿਮਾਰ ਜਾਂ ਸਾਜ਼ ਸੰਬੰਧੀ ਬਿਮਾਰੀਆਂ ਦੇ ਨਾਲ-ਨਾਲ ਬੱਚਿਆਂ ਨੂੰ ਯਾਤਰਾ ਕਰਨ ਦੀ ਆਗਿਆ ਨਹੀਂ ਹੈ ਉਹਨਾਂ ਨੂੰ ਜੂਨ ਤੋਂ ਬਾਅਦ ਬਰਫ਼ ਪਿਗਲਣ ਤੋਂ ਬਾਅਦ ਹੀ ਯਾਤਨਾ ਕਰਨ ਦੀ ਆਗਿਆ ਦਿੱਤੀ ਜਾਏਗੀ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਆਸਥਾ ਦੇ ਮਾਰਗ ਤੋਂ ਬਰਫ਼ ਪਿਗਲਣ ਤੋਂ ਬਾਅਦ ਸਥਿਤੀ ਆਮ ਵਾਂਗ ਨਹੀਂ ਹੋ ਜਾਂਦੀ ਉਦੋਂ ਤੱਕ ਤੀਰਥ ਯਾਤਰਾ ਵੀ ਸੀਮਤ ਰਹੇਗੀ ਜੇਕਰ ਕੋਈ ਸ਼ਰਧਾਲੂ ਯਾਤਰਾ ਦੇ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਦੇ ਵਿੱਚ ਅਸਮਰਥ ਹੁੰਦਾ ਹੈ ਤਾਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਦੇ ਵਿੱਚ ਰਜਿਸਟ੍ਰੇਸ਼ਨ ਦੀ ਸਹੂਲਤ ਪ੍ਰਦਾਨ ਕੀਤੀ ਜਾਏਗੀ ਦੱਸ ਦिए ਕਿ ਸ੍ਰੀ ਹਿਮਕੁੰਡ ਸਾਹਿਬ ਦੇ ਵਿੱਚ ਸੋਮਵਾਰ ਨੂੰ ਪਾਰੀ ਬਰਫ ਬਾਰੀ ਦੇ ਮੱਦੇ ਨਜ਼ਰ 60 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਅਤੇ ਬਜ਼ੁਰਗਾਂ ਦੇ ਆਉਣ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਰਸਲ ਪੂਰਾ ਇਲਾਕਾ ਬਰਫ ਦੀ ਚਾਦਰ ਦੇ ਨਾਲ ਟਕਿਆ ਗਿਆ ਹੈ ਯਾਤਰਾ ਵੀ ਮਈ ਨੂੰ ਸ਼ੁਰੂ ਹੋਣੀ ਹੈ ਇਸ ਪਹਿਲਾ ਜ਼िला ਮੈਜਿਸਟ੍ਰੇਟ ਹਿਮਾਂਸ਼ੂ ਖੁਰਾਣਾ ਨੇ ਕਰਮਚਾਰੀਆਂ ਦੇ ਨਾਲ ਚਮੋਲੀ ਜ਼ਿਲ੍ਹੇ ਚ ਸ੍ਰੀ ਹਿਮਕੁੰਡ ਸਾਹਿਬ ਯਾਤਰਾ ਦੇ ਰੂਟ ਤੇ ਉਦਘਾਟਨ ਤੋਂ ਪਹਿਲਾਂ ਤਿਆਰੀਆਂ ਦਾ ਚਾਹਤਾਂ ਲਿਆ ਫਲੋਰੀਡਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸਭ ਤੋਂ ਲੰਬੇ ਸਮੇਂ ਤੱਕ ਪਾਣੀ ਦੇ ਹੇਠਾਂ ਰਹਿਣ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ ਇੱਕ ਰਿਪੋਰਟ ਦੇ ਮਤਾਬਕ ਯੂਸੇਫ ਡਿਟੋਰੀ ਨੇ ਜ਼ਿਉਲਸ ਦੇ ਅੰਡਰਸ ਦੀ ਲੋਜ ਵਿੱਚ ਆਪਣੇ 74 ਦਿਨ ਪੂਰੇ ਕਰ ਲਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਉਹ 1 ਮਾਰਚ ਨੂੰ ਇੱਕ ਬਾਇਓਲੋਜੀ ਅਧਿਐਨ ਤਹਿਤ ਪ੍ਰੋਜੈਕਟ ਨੈਪਚਿਊਨ 100 ਦੇ ਹਿੱਸੇ ਵਜੋਂ 30 ਫੁੱਟ ਪਾਣੀ 'ਚ ਉਤਰੇ ਸੀ ਹੁਣ ਉਹ 9 ਜੂਨ ਨੂੰ ਬਾਹਰ ਆਉਣਗੇ ਇਸ ਤੋਂ ਪਹਿਲਾਂ ਸਾਲ 2014 ਵਿੱਚ ਦੋ ਪ੍ਰੋਫੈਸਰਾਂ ਨੇ 73 ਦਿਨ ਪਾਣੀ ਵਿੱਚ ਬਿਤਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ ਪ੍ਰੋਫੈਸਰ ਯੋਸਫ ਨੇ 74 ਦਿਨ ਪੂਰੇ ਹੋਣ ਤੇ ਇੰਸਟਾਗ੍ਰam ਤੇ ਪੋਸਟ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਪਾਣੀ 'ਚ ਰਹਿੰਦਿਆਂ ਰਿਕਾਰਡ ਤੋੜਨ ਦਾ 74 ਆ ਦਿਨ ਪੂਰਾ ਕਰ ਲਿਆ ਉਹ ਖੁਸ਼ ਨੇ ਕਿ ਖੋਜ ਪ੍ਰਤੀ ਉਹਨਾਂ ਦੀ ਉਤਸੁਕਤਾ ਨੇ ਉਹਨਾਂ ਨੂੰ ਇੱਥੇ ਲਿਆਂਦਾ ਹੈ ਉਹਨਾਂ ਨੇ ਕਿਹਾ ਕਿ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਉਹਨਾਂ ਦਾ ਟੀਚਾ ਕੇਵਲ ਆਉਣ ਵਾਲੀਆਂ ਪੀੜ੍ਹੀਆਂ ਲਈ ਨਹੀਂ ਸਗੋ ਉਹਨਾਂ ਵਿਗਿਆਨੀਆਂ ਲਈ ਵੀ ਹੈ ਜੋ ਪਾਣੀ ਅਤੇ ਅੰਤਸਖਤ ਹਾਲਾਤਾਂ ਵਿੱਚ ਵੀ ਮਨੁੱਖੀ ਸਰੀਰ ਦਾ ਅਧਿਐਨ ਕਰਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਇਸ ਰਿਕਾਰਡ ਨੂੰ ਤੋੜ ਕੇ ਉਹਨਾਂ ਦਾ ਮੇਸ਼ਮ ਖਤਮ ਨਹੀਂ ਹੋਇਆ ਸਭੋ ਉਹਨਾਂ ਨੂੰ ਹੋਰ 23 ਦਿਨ ਪਾਣੀ ਦੇ ਅੰਦਰ ਰਹਿਣਾ ਹੋਵੇਗਾ ਇਸ ਦੌਰਾਨ ਉਹ ਆਪਣੀ ਖੋਜ ਪ੍ਰਤੀ ਨਵੀਆਂ ਚੀਜ਼ਾਂ ਸਿੱਖਣਗੇ ਪ੍ਰੋਫੈਸਰ ਨੇ ਪਾਣੀ ਦੇ ਹੇਠਾਂ 74ਵੇਂ ਦਿਨ ਅੰਡੇ ਅਤੇ ਸਲਮਨ ਖਾਨਾ ਇਸ ਦੇ ਨਾਲ ਹੀ ਉਹਨਾਂ ਨੇ ਸਟ੍ਰੈਚੇਬਲ ਬੈਂਡਸ ਦੀ ਮਦਦ ਦੇ ਨਾਲ ਕਸਰਤ ਕੀਤੀ ਅਤੇ ਕੁਝ ਪੁਸ਼-ਅੱਪ ਵੀ ਕੀਤੇ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਡਾਕਟਰ ਜੈਸੋਫ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਪਾਣੀ ਵਿੱਚ 30 ਫੁੱਟ ਦੀ ਡੂੰਘਾਈ ਤੱਕ ਉਤਰੇ ਪ੍ਰੋਫੈਸਰ ਇਹ ਪਤਾ ਲਗਵਾਉਣਾ ਚਾਹੁੰਦੇ ਨੇ ਕਿ ਪਾਣੀ ਦੇ ਅੰਦਰ ਰਹਿਣ ਨਾਲ ਕੋਈ ਵੀ ਮਨੁੱਖੀ ਸਰੀਰ ਕਿਵੇਂ ਪ੍ਰਭਾਵਿਤ ਹੁੰਦਾ ਹੈ ਉਹਨਾਂ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਿਹਾ ਕਿਉਂਕਿਵਲ ਪਾਣੀ ਦੇ ਅੰਦਰ ਸੂਰਜ ਦੀ ਰੌਸ਼ਨੀ ਦੀ ਕਮੀ ਮਹਿਸੂਸ ਕਰ ਰਹੇ ਨੇ ਅਮਰੀਕੀ ਸੈਨੇਟ ਨੇ ਭਾਰਤੀ ਅਮਰੀਕੀ ਡਾਕਟਰ ਗੀਤਾ ਰਾਓ ਗੁਪਤਾ ਨੂੰ ਵਿਦੇਸ਼ ਵਿਭਾਗ ਦੇ ਵਿੱਚ ਔਰਤਾਂ ਦੇ ਨਾਲ ਸੰਬੰਧਤ ਗਲੋਬਲ ਮੁੱਦਿਆਂ ਦੇ ਲਈ ਐਮਬੈਸਡਰ ਐਂਡ ਲਾਰਜ ਤੇ ਨਿਯੁਕਤ ਕਰਨ ਤੇ ਮੋਹਰ ਲਗਾ ਦਿੱਤੀ ਹੈ ਸਕੱਤਰ ਦੇ ਦਫ਼ਤਰ ਨੇ ਟਵੀਟ ਕੀਤਾ ਕਿ ਡਾਕਟਰ ਗੀਤਾ ਰਾਓ ਗੁਪਤਾ ਦੀ ਅਮਰੀਕੀ ਸੈਨੇਟ ਦੁਆਰਾ ਗਲੋਬਲ ਵਿਮਨਸ ਇਸ਼ੂਜ਼ ਦੇ ਦਫ਼ਤਰ ਲਈ ਰਾਜਦੂਤ ਐਟ ਲਾਰਜ ਵਜੋਂ ਪੁਸ਼ਟੀ ਕੀਤੀ ਗਈ ਸੀ ਸਟੇਟ ਡਿਪਾਰਟਮੈਂਟ ਅਮਰੀਕੀ ਵਿਦੇਸ਼ ਨੀਤੀ ਦੁਆਰਾ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਦੀ ਯਤਨਾਂ ਤੋਂ ਕਾਫੀ ਪ੍ਰਭਾਵਿਤ ਹੈ ਰਾਸ਼ਟਰਪਤੀ ਜੋ ਵਾਈਡਨ ਨੇ ਗੁਪਤਾਨ ਨੂੰ ਇਸ ਭੂਮਿਕਾ ਲਈ ਨਾਮਜ਼ਦ ਕੀਤਾ ਤੇ ਉਹਨਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ 51 ਸਤਾਨਤਾਲੀ ਦੇ ਵੋਟ ਨਾਲ ਉਹਨਾਂ ਦੇ ਨਾਮ ਦੀ ਪੁਸ਼ਟੀ ਕੀਤੀ ਅਮਰੀਕੀ ਵਿਦੇਸ਼ ਵਿਭਾਗ ਨੇ ਉਹਨਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ ਗੁਪਤਾਨ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿੰਗ ਸਮਾਨਤਾ ਤੇ ਔਰਤਾਂ ਦੀ ਆਰਥਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਾਲੇ ਨੇਤਾ ਵਜੋਂ ਜਾਣਿਆ ਜਾਂਦਾ ਹੈ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਅਮਰੀਕਾ ਦੀ ਵਿਦੇਸ਼ ਨੀਤੀ ਰਾਹੀਂ ਔਰਤਾਂ ਤੇ ਲੜਕੀਆਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਦੇ ਯਤਨਾਂ ਦੀ ਉਮੀਦ ਹੈ ਗੁਪਤਾਨੇ ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਏਜੰਸੀਆਂ ਤੇ ਪ੍ਰੋਗਰਾਮਾਂ ਦੇ ਨਾਲ ਮਿਲ ਕੇ ਕੰਮ ਕੀਤਾ ਉਹਨਾਂ ਨੇ ਲੜਕੀਆਂ ਤੇ ਔਰਤਾਂ ਦੇ ਲਈ ਯੂਐਨ ਫਾਊਂਡੇਸ਼ਨ ਦੇ 3D ਪ੍ਰੋਗਰਾਮਸ ਦੀ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਮ ਕੀਤਾ ਉਹ ਔਰਤਾਂ ਅਤੇ ਏਡਸ ਅਤੇ ਯੂਨੇਡਸ ਗਲੋਬਲ ਕੋਲੀਸ਼ਨ ਨੂੰ ਵੀ ਸਲਾਹ ਦਿੰਦੇ ਨੇ ਅਤੇ ਇੰਟਰੈਕਸ਼ਨ ਅਤੇ ਮੋਰੀਆ ਫੰਡ ਦੇ ਬੋਰਡਾਂ 'ਚ ਨੇ ਉਹਨਾਂ ਨੇ ਸਿੱਖਿਆ ਤੇ ਲਿੰਕ ਮਾਨਤਾ ਤੇ ਸੰਯੁਕਤ ਰਾਸ਼ਟਰ ਦੇ ਮਿਲੇਨੀਅਮ ਪ੍ਰੋਜੈਕਟ ਟਾਸਕ ਫੋਰਸ 3 ਸਹਿ ਚੇਅਰਤਾ ਵੀ ਔਤਾ ਸੰਭਾਲਿਆ। ਸੰਯੁਕਤ ਰਾਸ਼ਟਰ ਫਾਊਂਡੇਸ਼ਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਪੀਟਰ ਨੇ ਕਿਹਾ ਕਿ ਗੁਪਤਾ ਦੀ ਨਿਯੁਕਤੀ ਅਜਿਹੇ ਸਮੇਂ 'ਚ ਲਿੰਗਕ ਬਰਾਬਰੀ ਦੇ ਲਈ ਅਮਰੀਕਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਜਦੋਂ ਦੁਨੀਆ ਭਰ ਵਿੱਚ ਔਰਤਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਤੇ ਕਲਿਆਣ ਖਤਰੇ 'ਚ ਹੈ। ਸੰਯੁਕਤ ਰਾਸ਼ਟਰ ਫਾਊਂਡੇਸ਼ਨ ਦੀ ਗਰਲਜ਼ ਐਂਡ ਔਮਨ ਸਟਰੈਟਜੀ ਦੇ ਉਪ ਪ੍ਰਧਾਨ ਮਿਸ਼ੇਲ ਮਿਲਫੋਰਡ ਮੋਰਸ ਨੇ ਕਿਹਾ ਕਿ ਡਾਕਟਰ ਗੁਪਤਾ ਗਲੋਵਲ ਔਮੈਨਜ਼ ਮੁੱਦਿਆਂ ਦੇ ਦਫ਼ਤਰ ਦੇ ਤਰਜੀਹੀ ਖੇਤਰਾਂ ਦੇ ਵਿੱਚ ਵਿਆਪਕ ਅਨੁਭਵ ਦੇ ਨਾਲ ਇੱਕ ਡੂੰਘੇ ਪ੍ਰਸ਼ੰਸਾਯੋਗ ਨੇਤਾ ਨੇ ਇਹ ਅਮਰੀਕੀ ਗਲੋਬਲ ਲੀਡਰਸ਼ਿਪ ਦੇ ਲਈ ਇੱਕ ਮਹੱਤਮਪੂਰਨ ਭੂਮਿਕਾ ਹੈ ਅਤੇ ਡਾਕਟਰ ਗੁਪਤਾ ਇਸ ਨੂੰ ਬੜੀ ਬਰੀਕੀ ਦੇ ਨਾਲ ਪੂਰਾ ਕਰਨਗੇ ਅਮਰੀਕਾ ਵਿੱਚ ਇੱਕ ਠੱਗ ਨੇ ਸੁਖਨਾ ਇਨਕਲੇਵ ਦੇ ਕੁਲਬੀਰ ਸਿੰਘ ਦੇ ਨਾਲ 8 ਘੰਟਿਆਂ 'ਚ 5 ਲੱਖ ਰੁਪਏ ਕਮਾਉਣ ਦੇ ਬਹਾਨੇ 13 ਲੱਖ ਰੁਪਏ ਦੀ ਠੱਗੀ ਮਾਰੀ ਕੁਲਬੀਰ ਦੀ ਸ਼ਿਕਾਇਤ ਤੇ ਕੈਂਬਾਲਾ ਦੇ ਹਰੀਸ਼ ਖਿਲਾਫ ਸੈਕਟਰ 3 ਥਾਣੇ 'ਚ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਬੁਲਜ਼ਮ ਨੇ ਚਾਂਤਤਾ ਦਿੱਤਾ ਕਿ ਅਮਰੀਕਾ ਜਾਣ ਵਾਲੀ ਫਲਾਈਟ ਬੈਂਕਾਕ ਤੋਂ ਮਿਲੇਗੀ। ਕਰੀਬ 1 ਹਫਤਾ ਬੈਂਕਾਕ ਵਿੱਚ ਰਹਿਣ ਤੋਂ ਬਾਅਦ ਕੁਲਵੀਰ ਕੋਲ ਪੈਸੇ ਖਤਮ ਹੋ ਗਏ। ਆਖਰਕਾਰ ਉਸਨੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕੀਤੀ ਜਿਨ੍ਹਾਂ ਨੇ ਵਾਪਸੀ ਦੀ ਉਡਾਣ ਦਾ ਪ੍ਰਬੰਧ ਕੀਤਾ। ਸ਼ਿਕਾਇਤ ਵਿੱਚ ਕੁਲਵੀਰ ਹੁਣਾਂ ਨੇ ਦੱਸਿਆ ਕਿ ਉਸਦੀ ਮਾਸਦੀ ਦਾ ਲੜਕਾ ਕੈਮਵ ਵਾਲਾ ਵਿੱਚ ਰਹਿੰਦਾ ਹੈ। ਜਿੱਥੇ ਉਸਦੀ ਵੀ ਦੁਕਾਨ ਹੈ ਹਰੀਸ਼ ਦੁਕਾਨ ਤੇ ਆਉਂਦਾ ਸੀ ਜੋ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ ਹਰੀਸ਼ ਨੇ ਕਿਹਾ ਕਿ ਉਹ ਅਮਰੀਕਾ ਭੇਜੇਗਾ ਉੱਥੇ 8 ਘੰਟੇ ਕੰਮ ਕਰਨ ਦੇ 5 ਲੱਖ ਮਿਲਦੇ ਨੇ ਕੁਲਵੀਰ ਨੇ ਹਰੀਸ਼ ਨੂੰ 13 ਲੱਖ ਰੁਪਏ ਤੇ ਪਾਸਪੋਰਟ ਦੇ ਦਿੱਤਾ ਤੇ ਠੱਗੀ ਦਾ ਸ਼ਿਕਾਰ ਹੋ ਗਿਆ ਬਚਪਨ ਵਿੱਚ ਹੀ ਅਸੀਂ ਆਪਣੇ ਭਵਿੱਖ ਨੂੰ ਲੈ ਕੇ ਕੁਝ ਨਾ ਕੁਝ ਸੁਪਨੇ ਦੇਖਣ ਲੱਗਦੇ ਹਾਂ ਸਾਡੇ ਵਿੱਚੋਂ ਕੋਈ ਲੋਕ ਡਾਕਟਰ ਬਣਨਾ ਚਾਹੁੰਦੇ ਨੇ ਕੋਈ ਇੰਜੀਨੀਅਰ ਬਣਨਾ ਚਾਹੁੰਦੇ ਨੇ ਕੋਈ ਸਾਇੰਟਿਸਟ ਬਣਨਾ ਚਾਹੁੰਦੇ ਨੇ ਤੇ ਕੁਝ ਲੋਕ ਫੈਸ਼ਨ ਦੇ ਖੇਤਰ ਦੇ ਵਿੱਚ ਜਾਣਾ ਚਾਹੁੰਦੇ ਨੇ ਸਮੇਂ ਦੇ ਨਾਲ ਨਾਲ ਸੁਪਨਿਆਂ ਦੇ ਵਿੱਚ ਤਬਦੀਲੀ ਆ ਰਹੀ ਹੈ ਹੁਣ ਇਹ ਜਿਹੇ 7 ਸਾਲ ਦਾ ਇੱਕ ਅਜੀਹਾ ਬੱਚਾ ਹੈ ਜੋ ਫੈਸ਼ਨ ਦੇ ਖੇਤਰ ਚ ਬਹੁਤ ਨਾਮ ਕਮਾਰਿਆ ਇਹ ਬੱਚਾ ਡਰੈਸ ਡਿਜ਼ਾਈਨਰ ਹੈ ਇਸ ਤੇ ਡਿਜ਼ਾਈਨ ਕੀਤੇ ਗਏ ਕੱਪੜੇ ਲੋਕਾਂ ਨੂੰ ਕਾਫੀ ਪਸੰਦ ਆਉਂਦੇ ਨੇ ਇਸ ਬੱਚੇ ਨੇ ਦਾਵਾ ਕੀਤਾ ਹੈ ਕਿ ਉਹ ਪਹਿਲੇ ਜਨਮ ਦੇ ਵਿੱਚ ਗੂਚੀ ਸੀ ਇਹ ਬੱਚਾ ਅਮਰੀਕਾ ਦਾ ਰਹਿਣ ਵਾਲਾ ਹੈ ਇਸ ਦਾ ਨਾਮ ਮੈਕਸ ਅਲੈਗਜ਼ੈਂਡਰ ਹੈ ਇਸ ਦਾ ਮੰਨਣਾ ਹੈ ਕਿ ਪਹਿਲੇ ਜਨਮ ਦੇ ਵਿੱਚ ਇਹ ਗੂਚੀ ਸੀ ਇਸ ਦਾ ਗੂਚੀ ਨਾਲ ਗਹਿਰਾ ਨਾਤਾ ਹੈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਬੱਚਾ 4 ਸਾਲ ਤੋਂ ਹੀ ਕੱਪੜੇ ਡਿਜ਼ਾਈਨ ਕਰ ਰਿਹਾ ਹੈ ਅਜੇ ਮੌਜੂਦਾ ਸਮੇਂ ਉਹ 7 ਸਾਲ ਦਾ ਹੋ ਚੁੱਕਾ ਹੈ ਸਮੇਂ ਦੇ ਨਾਲ ਨਾਲ ਉਹ ਆਪਣੇ ਕੰਮ ਦੇ ਵਿੱਚ ਮਹਾਰਤ ਹਾਸਲ ਕਰ ਚੁੱਕਾ ਹੈ ਮੈਕਸੀਮਾ ਸ਼ੇਰੀ ਮੈਡੀਸਨ ਨੇ ਆਪਣੇ ਬੇਟੇ ਬਾਰੇ ਕਿਹਾ ਕਿ ਪਹਿਲਾਂ ਮੈਨੂੰ ਇਸ ਤੇ ਟੈਲੈਂਟ ਦੀ ਜਾਣਕਾਰੀ ਨਹੀਂ ਸੀ ਲਾਕਡਾਊਨ ਸਮੇਂ ਅਚਾਨਕ ਇੱਕ ਦਿਨ ਦੱਸਿਆ ਕਿ ਕਿਸ ਨੂੰ ਮਾਡਲ ਚਾਹੀਦਾ ਹੈ ਅਸੀਂ ਪੁੱਛਿਆ ਕਿਉਂ ਤਾਂ ਕਹਿਣ ਲੱਗਾ ਕਿ ਮੈਨੂੰ ਡਰੈਸ ਡਿਜ਼ਾਈਨਰ ਬਣਨਾ ਹੈ ਸਾਨੂੰ ਹਾਸਾ ਆ ਗਿਆ ਪਰ ਉਹ ਕੰਮ ਨੂੰ ਲੈ ਕੇ ਗੰਭੀਰ ਸੀ ਅਸੀਂ ਇੱਕ ਡਮੀ ਵੀ ਲਿਆ ਦਿੱਤੀ ਪਰ ਫਿਰ ਦੇਖਿਆ ਕਿ ਮੈਕਸ ਪੁਰਾਣੇ ਕੱਤਰਨ ਤੇ ਟੇਪ ਦੀ ਮਦਦ ਦੇ ਨਾਲ ਡਰੈਸ ਤਿਆਰ ਕਰਨ ਲੱਗਾ ਸਾਡੇ ਇਹ ਵੀ ਹੈਰਾਨ ਕਰਨ ਵਾਲੀ ਗੱਲ ਸੀ ਮੈਕਸ ਉਸ ਸਮੇਂ ਤੋਂ ਕੱਪੜੇ ਡਿਜ਼ਾਈਨ ਕਰਨ ਵਿੱਚ ਲੱਗਾ ਹੋਇਆ ਹੈ ਮੈਕਸ ਦਾ ਇੱਕ ਪਪੂਲਰ ਇੰਸਟਾਗ੍ਰam ਪੇਜ ਵੀ ਹੈ ਜੋ ਆਪਣੇ ਇੰਸਟਾਗ੍ਰam ਤੇ ਲੋਕਾਂ ਦੇ ਨਾਲ ਜੁੜਿਆ ਰਹਿੰਦਾ ਹੈ ਔਰ ਵਿੱਚ ਵਿੱਚ ਲੋਕਾਂ ਨੂੰ ਡਰੈਸ ਮੇਕਿੰਗ ਬਾਰੇ ਦੱਸਦਾ ਹੈ ਅਮਰੀਕਾ ਦੀ 81 ਸਾਲਾ ਮਾਰਥਾ ਸਟੀਵਰਟ ਸੋਮਵਾਰ ਨੂੰ ਸਪੋਰਟਸ ਇਲਸਟ੍ਰੇਟਿਡ সুইਮਸੂਟ ਇਤਿਹਾਸ ਦੀ ਸਭ ਤੋਂ ਵਡੇਰੀ ਉਮਰ ਦੀ ਕਵਰ ਮਾਡਲ ਬਣ ਕੇ ਮਾਰਥਾ ਸਟੀਵਰਟ ਬਾਰੇ ਇੱਕ ਅਦੁੱਤੀ ਖਬਰ ਦਾ ਖੁਲਾਸਾ ਟੂਡੇ ਸ਼ੋਅ ਵਿੱਚ ਹੋਇਆ ਸੀ ਜਿੱਥੇ 2023 ਸਪੋਰਟਸ ਇਲਸਟ੍ਰੇਟਿਡ সুইਮਸੂਟ issue ਕਵਰ ਦਾ ਪਰਦਾਫਾਸ਼ ਕੀਤਾ ਗਿਆ ਇੱਕ ਸ਼ੈਫ ਜੋ ਆਪਣੀ ਸਫਲਤਾ ਤੋਂ ਬਾਅਦ ਸਟੀਵਰਟ ਨੇ 1980 ਦੇ ਦਹਾਕੇ ਵਿੱਚ ਕੁੱਕਬੁੱਕਾਂ ਲਿਖਣੀ ਸ਼ੁਰੂ ਕੀਤੀਆਂ ਆਪਣੇ ਕਰੀਅਰ ਦੇ ਦੌਰਾਨ ਸਟੀਵਰਟ ਨੇ 99 ਸਭ ਤੋਂ ਵੱਧ ਵਿਕਣ ਵਾਲੀਆਂ ਕੁੱਕਬੁੱਕਾਂ ਪ੍ਰਕਾਸ਼ਿਤ ਕੀਤੀਆਂ ਮਾਰਥਾ ਸਟੀਵਰਟ ਲਿਵਿੰਗ ਨੂੰ 1990 ਦੇ ਵਿੱਚ ਲਾਂਚ ਕੀਤਾ ਗਿਆ ਸੀ ਟੈਕਸਾਸ ਵਿੱਚ ਪ੍ਰੇਮੀ ਨੇ ਉਸ ਦੀ ਇੱਛਾ ਦੇ ਵਿਰੁੱਧ ਗਰਭ ਪਾਤ ਕਰਾਉਣ ਬਾਰੇ ਪਤਾ ਲੱਗਣ ਤੇ ਆਪਣੀ 26 ਸਾਲਾ ਪ੍ਰੇਮਿਕਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਨਿਊਯਾਰਕ ਪੋਸਟ ਨੇ ਇਹ ਜਾਣਕਾਰੀ ਦਿੱਤੀ ਹੈ ਲਾਸ ਪੁਲਿਸ ਨੇ ਕਿਹਾ ਕਿ ਹੈਰੋਲਡ ਥਾਮਸਨ ਤੇ ਸਟ੍ਰਿਪ ਮਾਲ ਪਾਰਕਿੰਗ ਲੋਟ ਵਿੱਚ ਗੈਬਰੀਏਲਾ ਗੁਨਜ਼ਲਾਸ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ ਗ੍ਰਫਤਾਰੀ ਬਰੰਟ ਦੇ ਹਲਫਨਾਮੇ ਦੇ ਅਨੁਸਾਰ ਗੋਂਜ਼ਾ ਲੇਜ਼ ਕੋਲਾਰਾਡੋ ਤੋਂ ਲਗਭਗ 800 ਮੀਲ ਦੀ ਯਾਤਰਾ ਕਰਨ ਤੋਂ ਬਾਅਦ ਪਿਛਲੀ ਸ਼ਾਮ ਵਾਪਸ ਪਰਤੀ ਸੀ ਜਿੱਥੇ ਗਰਭ ਅਵਸਥਾ ਦੇ ਕਿਸੇ ਵੀ ਪੜਾਤੇ ਗਰਭਪਾਤੀ ਆਇਆ ਹੈ ਦੱਸਦੀ ਹੈ ਕਿ ਟੈਕਸਾਸ ਵਿੱਚ ਲਗਭਗ 6 ਹਫ਼ਤਿਆਂ ਬਾਅਦ ਗਰਭਪਾਤ ਗੈਰਕਾਨੂੰਨੀ ਹੈ ਜਦੋਂ ਤੱਕ ਕਿ ਕੋਈ ਡਾਕਟਰੀ ਐਮਰਜੈਂਸੀ ਨਹੀਂ ਆਉਂਦੀ ਅਦਾਲਤ ਦੇ ਦਸਤਾਵੇਜ਼ਾਂ ਦੇ ਮੁਤਾਬਕ ਸਰਚ ਵਾਰੰਟ ਦੇ ਲਾਗੂ ਹੋਣ ਤੋਂ ਬਾਅਦ தாம்ਸਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਨਿਊਯਾਰਕ ਪੋਸਟ ਦੇ ਮੁਤਾਬਕ ਦੋਸ਼ੀ ਨਹੀਂ ਚਾਹੁੰਦਾ ਸਿਗਾ ਕਿ ਗੌਂਦਾ ਲੇਜ਼ ਕਰ ਅਪਾਤ ਕਰਵਾਈ ਪਾਰਕਿੰਗ ਲੋਟ ਤੋਂ ਇੱਕ ਨਿਗਰਾਨੀ ਫੁਟੇਜ ਵਿੱਚ ਜੋੜੇ ਨੂੰ ਸਵੇਰੇ 7:30 ਵਜੇ ਝਗੜਾ ਕਰਦੇ ਹੋਏ ਦੇਖਿਆ ਗਿਆ ਜਿਸ ਤੋਂ ਬਾਅਦ ਗੌਂਦਾ ਲੇਜ਼ ਨੇ ਉਸ ਨੂੰ ਧੱਕਾ ਦਿੱਤਾ ਤੇ ਦੋਵੇਂ ਚੱਲਣ ਲੱਗੇ ਥੌਮਸਨ ਗੁੱਸੇ ਵਿੱਚ ਸੀ ਉਸਨੇ ਬੰਦੂਕ ਕੱਢੀ ਤੇ ਗੌਂਦਾ ਲੇਜ਼ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਪੁਲਿਸ ਦੇ ਅਨੁਸਾਰ ਭੱਜਣ ਤੋਂ ਪਹਿਲਾਂ ਉਸਨੇ ਜ਼ਮੀਨ ਤੇ ਪਈ ਗੌਂਦਾ ਲੇਜ਼ ਦੀ ਮੌਤ ਦੀ ਪੁਸ਼ਟੀ ਕਰਨ ਦੇ ਲਈ ਉਸ ਨੂੰ ਦੁਬਾਰਾ ਗੋਲੀ ਮਾਰੀ ਨਿਊਯਾਰਕ ਪੋਸਟ ਦੇ ਅਨੁਸਾਰ ਉਸ ਦੀ ਮੌਕੇ ਤੇ ਮੌਤ ਹੋ ਗਈ ਪੁਲਿਸ ਦੇ ਮੁਤਾਬਕ ਥੌਮਸਨ ਤੇ ਮਾਰਚ ਵਿੱਚ ਇੱਕ ਮੈਲਾ ਦੇ ਪਰਿਵਾਰਕ ਮੈਂਬਰ ਦਾ ਦੋਸ਼ ਲਗਾਇਆ ਗਿਆ ਸੀ ਹਾਲਾਂਕਿ ਹਲਫਨਾਮੇ ਦੇ ਵਿੱਚ ਪੀੜਤਾਂ ਦਾ ਨਾਮ ਨਹੀਂ ਹੈ ਪਰ ਸੰਭਾਵਨਾ ਹੈ ਕਿ ਉਹ ਗੌਂਦਾ ਲਈ ਸੀ ਰਿਪੋਰਟ ਦੇ ਅਨੁਸਾਰ ਪੀੜਤਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਕਿ ਥੌਮਸਨ ਨੇ ਰਿਸ਼ਤੇ ਦੌਰਾਨ ਉਸ ਨੂੰ ਕਈ ਵਾਰ ਕੁੱਟਿਆ ਸੀ ਵਿਦੇਸ਼ਾਂਚ ਪੰਜਾਬੀਆਂ ਦਾ ਨਾਮ ਰੌਸ਼ਨ ਕਰਨ ਵਾਲੇ ਫ੍ਰਿਜਨੋ ਦੇ ਐਥਲੀਟ ਗੁਰਬਖਸ਼ ਸਿੰਘ ਸਿੱਧੂ ਨੇ ਇੱਕ ਹੋਰ ਮੀਲ ਪੱਥਰ ਗੜਦਿਆਂ ਦੱਖਣੀ ਕੋਰੀਆ 'ਚ ਤਮਗਾ ਜਿੱਤਿਆ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਗੁਰਬਖਸ਼ ਸਿੱਧੂ ਨੇ ਹੈਮਰ ਥਰੋ ਦੇ ਵਿੱਚ ਮੁਕਾਬਲਾ ਕੀਤਾ ਤੇ 100 ਐਥਲੈਟਿਕ ਸਟੇਡੀਅਮ ਦੇ ਵਿੱਚ ਏਸ਼ੀਆ ਪੈਸਿਫਿਕ ਮਾਸਟਰਜ਼ ਗੇਮਜ਼ 2023 ਦੇ ਵਿੱਚ 37.2 ਮੀਟਰ ਦੀ ਦੂਰੀ ਦੇ ਨਾਲ ਚਾਂਦੀ ਤਮਗਾ ਜਿੱਤਿਆ ਇਸਿਓਲ ਤੋਂ ਲਗਭਗ 120 ਕਿਲੋਮੀਟਰ ਦੂਰ ਹੈ ਇਨ੍ਹਾਂ ਖੇਡਾਂ ਦੇ ਲਈ ਏਸ਼ੀਆ ਯੂਰਪ ਅਤੇ ਸੰਯੁਕਤ ਰਾਸ਼ਟਰ ਦੇ ਐਥਲੀਟਾਂ ਨੇ 25 ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ ਬੁਟਵਾਲ ਬਾਸਕਟਬਾਲ ਬਾਲੀਬਾਲ ਬੀਟ ਲਿਫਟਿੰਗ ਅਤੇ ਐਥਲੈਟਿਕਸ ਆਦਿ ਸਮੇਤ ਵੱਖ-ਵੱਖ ਖੇਡਾਂ ਦੇ ਵਿੱਚ 10000 ਐਥਲੀਟ ਹਿੱਸਾ ਲੈਣ ਦੇ ਲਈ ਆਏ ਹਨ ਔਰ ਇਹ ਖੇਡਾਂ ਹਰ 4 ਸਾਲ ਬਾਅਦ ਹੁੰਦੀਆਂ ਨੇ ਪਿਛਲੀਆਂ ਏਸ਼ੀਆਈ ਪੈਸੀਫਿਕ ਮਾਸਟਰਜ਼ ਖੇਡਾਂ ਮਲੇਸ਼ੀਆ ਦੇ ਵਿੱਚ ਕੋਲਨਪੁਰ ਚੁਈਆਂ ਸੀ ਇੱਥੇ ਵੀ ਜ਼ਿਕਰ ਯੋਗ ਹੈ ਕਿ ਗੁਰਬਖਸ਼ ਸਿੰਘ ਸਿੱਧੂ ਪਿਛਲੇ ਸਮੇਂ ਲੰਬੇ ਸਮੇਂ ਤੋਂ ਆਪਣੇ ਬਲਬੂਤੇ ਤੇ ਦੁਨੀਆ ਭਰ ਦੀਆਂ ਸੀਨੀਅਰ ਖੇਡਾਂ ਵਿੱਚ ਹਿੱਸਾ ਲੈ ਕੇ ਤਮਗਾ ਜਿੱਤ ਕੇ ਪੰਜਾਬੀਅਤ ਦਾ ਨਾਮ ਚਮਕਾਉਂਦੇ ਰਹੇ ਨੇ ਪਾਰਲੀਮੈਂਟ ਹਲਕਾ ਕੈਲਗਰੀ ਸਕਾਈ 뷰 ਤੋਂ ਪੰਜਾਬੀ ਮੂਲ ਦੇ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਜਾਰਜ ਚਾਹਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਨੇ ਉਹਨਾਂ ਨੂੰ ਵੌਇਸ ਮੇਲਾ ਰਾਹੀਂ ਨਸਲਵਾਦੀ ਅਤੇ ਸਮਲਿੰਗੀ ਗਾਲਾਂ ਦਿੱਤੀਆਂ ਗਈਆਂ ਜਾਰਜ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਨੂੰ ਮਾਰਚ ਮਹੀਨੇ ਫੋਨ ਕਾਲਸ ਆਈਆਂ ਸਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਮੈਪਲ ਰਿਜ ਵਿਖੇ ਤਕਰੀਬਨ 2 ਮਹੀਨੇ ਪਹਿਲਾਂ ਹੋਏ 55 ਸਾਲਾ ਪੰਜਾਬੀ ਸੁਰਿੰਦਰਜੀਤ ਸਿੰਘ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ 44 ਸਾਲਾ ਜੋਸਫ ਅਤੇ 33 ਸਾਲਾ ਕਿਮ ਵ੍ਰਿਲੀ ਨੂੰ ਦੂਜੇ ਦਰਜੇ ਦੇ ਕਤਲ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਹੈ। ਮੀਡੀਆ ਬੁਲਾਰੇ ਅਫਸਰ ਅਰਜੰਟ ਟਿਮੋਥੀ ਨੇ ਦੱਸਿਆ ਕਿ ਰਿਜਮੀ ਡੋਜ਼ RCMP ਨੂੰ no, ਬੀਤੀ 4 ਮਾਰਚ ਸਵੇਰੇ 7:30 ਵਜੇ ਕਿਸੇ ਨੇ ਫੋਨ 'ਤੇ ਸੂਚਨਾ ਦਿੱਤੀ ਸੀ ਕਿ ਮੈਪਲ ਰਿਜ ਦੇ ਏ 21800 ਬਲਾਕ ਦੇ 12 ਐਵੈਨਿਊ ਨੇੜੇ ਪਾਰਕਿੰਗ ਥਾਟ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ ਪੁਲਿਸ ਜਦੋਂ ਤੁਰੰਤ ਘਟਨਾ ਸਥਾਨ ਤੇ ਪਹੁੰਚੀ ਤਾਂ ਉੱਥੇ ਸੁਰਿੰਦਰਜੀਤ ਸਿੰਘ ਦੀ ਲਾਸ਼ ਪਈ ਸੀ ਜਿਸ ਦਾ ਕਤਲ ਕੀਤਾ ਗਿਆ ਸੀ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਇੱਕ ਕੈਨੇਡੀਅਨ ਵਿਅਕਤੀ ਨੂੰ ਦੇਸ਼ ਦੇ ਨੋਵਾ ਸਕੋਸ਼ੀਆ ਸੂਬੇ ਵਿੱਚ ਸਾਲ 2021 ਵਿੱਚ ਪੰਜਾਬੀ ਮੂਲ ਦੇ ਇੱਕ 23 ਸਾਲਾ ਸਿੱਖ ਨੌਜਵਾਨ ਦੀ ਹੱਤਿਆ ਕਰਾਂ ਦੇ ਮਾਮਲੇ ਵਿੱਚ 9 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਸਤੰਬਰ 2021 ਚ ਸੂਬੇ ਦੇ ਟਰੂਰੋ ਕੁਸਵੇ ਦੀ ਇੱਕ ਇਮਾਰਤ ਦੇ ਮਹਾਲ 21 ਸਾਲਾ ਕੈਮਰਨ ਜੇਮਸ ਨੇ ਬਿਨਾਂ ਕਿਸੇ ਉਕਸਾਵੇ ਦੇ ਪ੍ਰੋਬੋਜ ਸਿੰਘ ਕਤਰੀ ਤੇ ਚਾਕੂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਨੋਵਾ ਸਕੋਸ਼ੀਆ ਜੱਜ ਨੇ ਸ਼ੁੱਕਰਵਾਰ ਨੂੰ ਕੈਮਰਨ ਜੇਮਸ ਨੂੰ ਹੱਤਿਆ ਦੇ ਦੋਸ਼ ਵਿੱਚ 9 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਇਸ ਤੋਂ ਇਲਾਵਾ ਟੋਰਾਂਟੋ ਚ ਬੀਤੇ ਦਨ 23 ਸਾਲਾ ਦੇ ਆਯੂਸ਼ ਤਨਖਰਾ ਨਾਮਕ ਨੌਜਵਾਨ ਦੀ ਲਾਸ਼ ਇੱਕ ਪੁਲ ਦੇ ਹਿੰਟੋ ਮਿਲੀ ਅਤੇ ਉਸ ਦੀ ਮੌਤ ਦੇ ਕਾਰਨਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਗੁਜਰਾਤ ਪੁਲਿਸ ਦੇ ਡੀਐਸਪੀ ਰਮੇਸ਼ ਤਨਖਰਾ ਦਾ ਬੇਟਾ ਸੀ ਕੈਨੇਡਾ ਸਿੱਖ ਹੈਰੀਟੇਜ ਮਹੀਨੇ ਦੌਰਾਨ ਸ਼ਨੀਚਰਵਾਰ 12 April ਨੂੰ ਕੈਲਗਰੀ ਚ ਗੁਰਦੁਆਰਾ ਸਿੱਖ ਕਲਚਰ ਸੈਂਟਰ ਮੋਰਟਨ ਡੇਲ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਦੀ ਅਗਵਾਈ ਪੰਜ ਪਿਆਰੀਆਂ ਨੇ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੁੰਦਰ ਪਾਲਕੀ ਵਿੱਚ ਸ਼ਿਸ਼ੋਭਿਤ ਸਨ ਨਗਰ ਕੀਰਤਨ ਵਿੱਚ ਕੈਲਗਰੀ ਅਤੇ ਸਮੁੱਚੇ ਕੈਨੇਡਾ ਚੋਂ ਸਿੱਖ ਸੰਗਤਾਂ ਨੇ ਭਾਰੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ অন্ਟਾਰੀਓ ਵਿੱਚ ਐਲੀਮੈਂਟਰੀ ਸਕੂਲ ਟੀਚਰਸ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਸਕੂਲਾਂ ਦੇ ਵਿੱਚ ਹਿੰਸਾ ਹੁਣ ਆਮ ਗੱਲ ਬਣ ਗਈ ਹੈ ਯੂਨੀਅਨ ਨੇ ਕਿਹਾ ਹੈ ਕਿ ਬਿਗੜ ਰਹੇ ਹਾਲਾਤ ਲਈ ਫੋਰ ਸਰਕਾਰ ਹੀ ਜ਼ਿੰਮੇਵਾਰ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਇੱਕ ਸਰਵੇਖਣ ਦੀ ਜਾਰੀ ਹੋਈ ਰਿਪੋਰਟ ਦੇ ਵਿੱਚ ਆਖਿਆ ਗਿਆ ਕਿ ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਅਨਟਾਰੀਓ ਦੇ 77% ਮੈਂਬਰਾਂ ਨੇ ਹਿੰਸਾ ਨੂੰ ਜਾਂ ਤਾਂ ਆਪ ਚੱਲਿਆ ਹੈ ਤੇ ਜਾਂ ਫਿਰ ਦੂਜੇ ਸਟਾਫ ਮੈਂਬਰਾਂ ਉੱਤੇ ਹਿੰਸਾ ਹੁੰਦੀ ਦੇਖੀ ਹੈ। ਇਹ ਸਰਵੇਖਣ ਫਰਵਰੀ ਦੇ ਮਾਰਚ 2023 ਦਰਮਿਆਨ ਕਰਵਾਇਆ ਗਿਆ। ਈਟੀਐਫਓ ਅਨੁਸਾਰ ਫੋਰਡ ਸਰਕਾਰ ਵੱਲੋਂ ਘੱਟ ਫੰਡ ਦਿੱਤੇ ਜਾਣ ਦੀ ਹੀ ਇਸ ਹਿੰਸਾ ਦਾ ਕਾਰਨ ਹੈ। ਈਟੀਐਫਓ ਦੀ ਪ੍ਰੈਜ਼ੀਡੈਂਟ ਕੈਰਨ ਬ੍ਰਾਊਨ ਨੇ ਕਿਹਾ ਕਿ ਫੋਰਡ ਸਰਕਾਰ ਵੱਲੋਂ ਪਬਲਿਕ ਐਜੂਕੇਸ਼ਨ ਵਿੱਚ ਸਹੀ ਢੰਗ ਨਾਲ ਨਿਵੇਸ਼ ਨਾ ਕੀਤੇ ਜਾਣ ਕਾਰਨ ਹੀ ਸਕੂਲਾਂ ਵਿੱਚ ਪੜ੍ਹਾਈ ਲਿਖਾਈ ਠੱਪ ਹੋਈ ਪਈ ਹੈ ਤੇ ਹਿੰਸਾ ਦਾ ਬੋਲਬਾਲਾ ਹੈ। ਉਹਨਾਂ ਨੇ ਆਖਿਆ ਕਿ ਫੰਡਾਂ ਦੀ ਲੋੜਾਂ ਵੱਧ ਘਾਟ ਕਾਰਨ ਸਟਾਫ ਪੂਰਾ ਨਾ ਹੋਣ ਕਾਰਨ ਤੇ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਨਾ ਹੋਣ ਕਾਰਨ ਇਹ ਸਭ ਵਾਪਰਿਆ ਹੈ। ਉਹਨਾਂ ਨੇ ਕਿਹਾ ਕਿ ਪ੍ਰੋਵਿੰਸ ਨੂੰ ਲਰਨਿੰਗ ਤੇ ਕੰਮ ਕਰਨ ਦੇ ਲਈ ਸਹੀ ਮਾਹੌਲ ਮਹੱਈਆ ਕਰਵਾਉਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀ ਤੇ ਅਧਿਆਪਕ ਸ਼ਾਂਤੀ ਨਾਲ ਤੇ ਸੁਰੱਖਿਅਤ ਢੰਗ ਦੇ ਨਾਲ ਆਪਣਾ ਕੰਮ ਕਰ ਸਕਣ। ETFo ਦੇ 86% ਮੈਂਬਰਾਂ ਨੇ ਆਖਿਆ ਕਿ ਉਹਨਾਂ ਨੇ ਆਪ ਹਿੰਸਾ ਹੰਡਾਈ ਹੈ ਤਾਂ ਜਾਂ ਕਿਸੇ ਸਟਾਫ ਮੈਂਬਰ ਉੱਤੇ ਹਸਣਾ ਹੁੰਦੀ ਵੇਖੀ ਹੈ ਪੰਜਾਬ ਵਿੱਚੋਂ ਚਾਰ ਮੈਂਬਰਾਂ ਦਾ ਮੰਨਣਾ ਹੈ ਕਿ ਹਾਲਾਤ ਹੋਰ ਵਿਗੜ ਰਹੇ ਨੇ। ਇਹ ਵੀ ਆਖਿਆ ਗਿਆ ਹੈ ਕਿ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਹਿੰਸਾ ਵਿੱਚ ਹੋਰ ਵਾਧਾ ਹੋਇਆ। ਇਸ ਉੱਤੇ অন্ਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੀਚੇ ਨੇ ਆਖਿਆ ਕਿ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੇ ਵਿੱਚ ਨਿਵੇਸ਼ ਦੇ ਲਈ ਉਹਨਾਂ ਦੀ ਸਰਕਾਰ ਵਚਨਬੱਧ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਮੰਗਾ ਦੇ ਵਿੱਚ ਵਾਧਾ ਹੋ ਰਿਹਾ ਤੇ ਹਿੰਸਾ ਦਾ ਸਾਡੇ ਸਕੂਲਾਂ ਉੱਤੇ ਵੀ ਅਸਰ ਪੈ ਰਿਹਾ। ਉਹਨਾਂ ਨੇ ਕਿਹਾ ਕਿ ਇਸ ਲਈ ਪ੍ਰੋਵਿੰਸ ਵੱਲੋਂ ਮਾਨਸਿਕ ਸਿਹਤ ਸੰਬੰਧੀ ਫੰਡਿੰਗ ਦੇ ਵਿੱਚ ਕਾਫੀ ਵਾਅਦਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਰਕਾਰ 2000 फ्रंटलाइन टीचर्स दी ਭਰਤੀ ਕਰ ਰਹੀ ਹੈ ਤੇ ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਸਮੈਸਟਰ ਦੇ ਲਈ 12 ਮਿਲੀਅਨ ਡਾਲਰ ਦੇ ਫੰਡ ਹੋਰ ਜਾਰੀ ਕੀਤੇ ਜਾ ਰਹੇ ਨੇ ਇਸ ਦੌਰਾਨ ਫੋਰਡ ਨੇ ਵੀ ਆਖਿਆ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਕਿਸੇ ਅਧਿਆਪਕ ਨੂੰ ਮਾਰਨਾ ਜਾਂ ਕਿਸੇ ਅਧਿਆਪਕ ਖਿਲਾਫ ਹਿੰਸਾ ਦੀ ਵਰਤੋਂ ਕਰਨਾ ਅੱਜ ਵੀ ਵਾਪਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਮਾਨਦਾਰੀ ਦਾ ਸਬਕ ਬੱਚਿਆਂ ਨੂੰ ਘਰ ਤੋਂ ਹੀ ਮਿਲਦਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ ਪੈਣੀ ਚਾਹੀਦੀ ਹੈ ਅਗਲੇ ਮਹੀਨੇ 4 ਫੈਡਰਲ ਰਾਈਡਿੰਗਸ ਦੇ ਵੋਟਰ ਆਪਣੇ ਐਮਪੀਜ਼ ਦੀ ਚੋਣ ਦੇ ਲਈ ਜ਼ਿਮਨੀ ਚੋਣਾ ਛੇਸਤਾ ਲੈਣਗੇ ਐਤਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਤਿੰਨ ਪ੍ਰਵਿੰਸਾਂ ਦੀਆਂ ਖਾਲੀ ਸੀਟਾਂ ਨੂੰ ਭਰਨ ਦੇ ਲਈ 19 ਜੂਨ ਨੂੰ 4 ਥਾਵਾਂ ਉੱਤੇ ਜ਼ਿਮਨੀ ਚੋਣਾ ਕਰਵਾਉਣ ਦਾ ਐਲਾਨ ਕੀਤਾ ਗਿਆ ਮੈਨੀਟੋਬਾ ਦੇ ਵਿੱਚ ਬਿਨੀਪੈਗ ਸਾਊਥ ਸੈਂਟਰ ਰਾਈਡਿੰਗ ਉੱਤੇ ਲਿਬਰਲ ਉਮੀਦਵਾਰ ਬੈਨ ਕਾਰ ਦੀ ਜਿੱਤਤੇ ਮੰਨੀ ਜਾ ਰਹੀ ਹੈ ਕਿਉਂਕਿ ਇਸ ਸੀਟ ਉਤੇ ਉਹਨਾਂ ਦੇ ਪਿਤਾ ਲੰਬੇ ਸਮੇਂ ਤੋਂ ਐਮਪੀ ਤੇ ਸਾਬਕਾ ਕੈਬਨਿਟ ਮੰਤਰੀ ਜ਼ਿੰਮਕਾਰ ਕਾਬਸਦ ਸਨ ਜਿਨ੍ਹਾਂ ਦੀ ਦਸੰਬਰ ਵਿੱਚ ਮੌਤ ਹੋ ਗਈ ਦੱਖਣੀ ਮੈਰੀਟੋਵਾ ਦੇ ਹਲਕੇ ਪੋਰਟਰੇਜ਼ ਲਸਤਾਗਰ ਦੀ ਸੀਟ ਕੰਜ਼ਰਵੇਟਿਵ ਐਮਪੀ ਤੇ ਸਾਬਕਾ ਅੰਤਰਮ ਪਾਰਟੀ ਆਗੂ ਕੈਂਡਸਨ ਦੇ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਖਾਲੀ ਹੋ ਗਈ ਇਸ ਸਾਲ ਅਕਤੂਬਰ ਵਿੱਚ ਪ੍ਰੋਵੈਂਸ਼ੀਅਲ ਚੋਣਾਂ ਤੋਂ ਪਹਿਲਾਂ ਵਰਜਨ ਮੈਨੀਟੋਵਾ ਪ੍ਰੋਗਰੈਸਿਵ ਕਨਜ਼ਰਵੇਟਿਵ ਚੋਣ ਮਹਿਮਦੀ ਕੋ-ਚੇਅਰ ਬਣਨ ਜਾ ਰਹੀ ਹੈ 15 ਸਾਲ ਤੱਕ ਸਿਆਸਤ ਵਿੱਚ ਰਹਿਣ ਤੋਂ ਬਾਅਦ ਮਾਰਚ ਵਿੱਚ ਲਿਬਰਲ ਐਮਪੀ ਤੇ ਸਾਬਕਾ ਕੈਬਨਟ ਮੰਤਰੀ ਮਾਰਕ ਨੇ ਕਿਊਬੈਕ ਦੇ ਨੌਤਰੇ ਦਾਮੇ ਡੀ ਗ੍ਰੇਸ ਵੈਸਟ ਮਾਉਂਟ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਉਹ ਐਸਟਰੋਨੌਟ ਵੀ ਰਹਿ ਚੁੱਕੇ ਨੇ ਦੱਖਣ ਪੱਛਮੀ ਅਨਟਾਰੀਓ ਦੇ ਹਲਕੀ ਆਕਸਫੋਰਡ ਤੋਂ ਕਨਜ਼ਰਵੇਟਿਵ ਐਮਪੀ ਡੇਵ ਮੈਕੈਂਜ਼ੀ ਜਨਵਰੀ ਵਿੱਚ ਪਾਸੇ ਹੋ ਗਏ ਸਨ ਇਹ ਚਾਰੇ ਹਲਕੇ ਸੰਬੰਧਿਤ ਪਾਰਟੀਆਂ ਦਾ ਮਜ਼ਬੂਤ ਗੜ ਮੰਨੇ ਜਾ ਰਹੇ ਨੇ ਕਿਉਂਕਿ ਪਿਛਲੇ ਜਹੇ ਹੋਈਆਂ ਚੋਣਾਂ ਵਿੱਚ ਇਨ੍ਹਾਂ ਪਾਰਟੀਆਂ ਨੇ ਇੱਥੇ ਚੰਗੀ ਕਾਰਜਗਾਰੀ ਦਿਖਾਈ ਸੀ ਇਲੈਕਸ਼ਨਸ ਕੈਨੇਡਾ ਨੇ ਐਤਵਾਰ ਨੂੰ ਦੱਸਿਆ ਕਿ ਨਾ ਚਾਰ ਹਲਕਿਆਂ ਦੇ ਵਿੱਚ 9 ਤੋਂ 12 ਜੂਨ ਨੂੰ ਐਡਵਾਂਸ ਬੋਲਿੰਗ ਸ਼ੁਰੂ ਕੀਤੀ ਜਾਏਗੀ ਇੱਥੇ ਦੱਸਣਾ ਬੰਦ ਹੈ ਕਿ ਅਲਬਰਟਾ ਦੇ ਕਨਜ਼ਰਵੇਟਿਵ ਐਮਪੀ ਬੌਬ ਬੱਲੋ ਪਿਛਲੇ ਸਾਲ ਦੇ ਅੰਤ ਵਿੱਚ ਕੈਲਗਰੀ ਹਾਰਿਟੇਜ ਹਲਕੇ ਤੋਂ ਅਸਤੀਫਾ ਦੇ ਦਿੱਤਾ ਗਿਆ ਨਵੇਂ ਮੈਂਬਰ ਦੀ ਚੋਣ ਦੇ ਲਈ ਇੱਥੇ 2 ਜੁਲਾਈ ਨੂੰ ਦੀਮਨੀ ਚੋਣਾਂ ਹੋ ਸਕਦੀਆਂ ਨੇ ਸੋੰਬਾ ਰਾਤ ਨੂੰ ਬਾਥਰਸਟ ਸਟਰੀਟ ਤੇ ਫਿਸ਼ਰ ਵਿਲ ਰੋਡ ਉੱਤੇ ਦੋ ਗੱਡੀਆਂ ਦੀ ਆਮੋ ਸਾਹਮਣੇ ਟੱਕਰ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ ਤੇ ਤਿੰਨ ਵਿਅਕਤੀ ਜ਼ਖਮੀ ਹੋ ਗਏ ਤਿੰਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਇਸ ਹਾਦਸੇ ਦੀ ਜਾਣਕਾਰੀ ਦੇ ਕੇ ਪੁਲਿਸ ਨੂੰ ਰਾਤੀ 7:40 ਵਜੇ ਇਲਾਕੇ 'ਚ ਸੱਦਿਆ ਗਿਆ ਇੱਕ ਮਹਿਲਾ ਨੂੰ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਲੋਕਲ ਟਰੋਮਾ ਸੈਂਟਰ ਲਿਜਾਇਆ ਗਿਆ ਪਰ ਉਸਦੀ ਹਾਲਤ ਸਥਿਰ ਦੱਸੀ ਜਾਂਦੀ ਹੈ ਇੱਕ ਹੋਰ ਮਹਿਲਾ ਨੂੰ ਲੋਕਲ ਹਸਪਤਾਲ ਲਿਜਾਇਆ ਗਿਆ ਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਨੇ ਇੱਕ ਬੱਚੇ ਨੂੰ ਵੀ ਗੰਭੀਰ ਜ਼ਖਮੀ ਹਾਲਤ ਵਿੱਚ ਸਿੱਖ ਕਿਡਜ਼ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾਂਦੀ ਹੈ ਹਾਦਸੇ ਕਾਰਨ ਬਾਥਰਸਟ ਸਟਰੀਟ ਨੂੰ ਦੋਵਾਂ ਡਾਇਰੈਕਸ਼ਨਸ ਤੋਂ ਬੰਦ ਕਰ ਦਿੱਤਾ ਗਿਆ ਤੇ ਹਾਦਸੇ ਦੀ ਜਾਂਚ ਕੀਤੀ ਗਈ। ਇਸ ਸਾਨੂੰ ਹੁਣ ਤੱਕ ਦੀਆਂ ਖਬਰਾਂ ਮੀਨੂ ਬਰਨਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ ਯੂਐਸਸੀ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ।